ਲੱਗਦਾ ਹੈ ਕਿ ਕਿਹੜੇ ਕਿਹੜੇ ਮੁੱਦੇ ਹੈਗੇ ਨੇ ਜਿਹੜੇ ਹਜੇ ਤੱਕ ਕੰਮ ਨਹੀਂ ਹੋਏ ਜਲੰਧਰ ਦੇ ਜਿਹੜੇ ਅੱਜ ਦੇ ਚੋਣ ਦੇ ਸੁਰੱਖਿਆ ਮਹਿਮ ਦੀ ਗੱਲ ਹੈ ਸੁਰੱਖਿਆ ਵਿਵਸਥਾ ਦੀ ਗੱਲ ਹੈ ਅੱਜ ਇੱਥੇ ਬਾਹਰਲੇ ਜਿਹੜੇ ਸੂਬਿਆਂ ਤੋਂ ਬਾਹਰਲੇ ਜ਼ਿਲ੍ਹਿਆਂ ਤੋਂ ਜਿਹੜੀ ਮੌਜੂਦਾ ਆਮ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਜਿਹੜੇ ਬਹੁਤ ਲੀਡਰਸ਼ਿਪ ਜਿਹੜੀ ਇੱਥੇ ਸ਼ਰੇਆਮ ਤੁਰੀ ਫਿਰਦੀ ਹੈ ਵਲੰਟੀਅਰ ਤੁਰੇ ਫਿਰਦੇ ਆ ਇਹ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕਰਾਂਗੇ ਆਲਰੇਡੀ ਸਾਡੀ ਗੱਲ ਵੀ ਹੋਈ ਹੈ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਾਂ ਕਿਰਪਾ ਕਰਕੇ ਜਿਹੜੇ ਬਾਹਰੋਂ ਆਏ ਹੋਏ ਲੀਡਰਸ਼ਿਪ ਹੈ ਚੇਅਰਮੈਨ ਆਏ ਹੋਏ ਆ MLA ਆਏ ਹੋਏ ਮੰਤਰੀ ਆਏ ਹੋਏ ਉਹਨਾਂ ਨੂੰ ਕਿਰਪਾ ਕਰਕੇ ਇੱਕ ਮਿੰਟ ਤੋਂ ਪਹਿਲਾਂ ਇੱਥੋਂ ਬਾਹਰ ਕੱਢਣਾ ਚਾਹੀਦਾ ਔਰ ਜੋ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਨੂੰ ਹਲਕੇ ਜ਼ਿਲ੍ਹਿਆਂ ਦਾ ਕੋਈ ਹੱਕ ਨਹੀਂ ਅਸੀਂ ਦੇਖਿਆ ਲਾਡੋਵਾਲ ਟੋਲ ਪਲਾਜ਼ਾ ਦੇ ਬਹੁਤ ਸਾਰੀਆਂ ਗੱਡੀਆਂ ਖੜੀਆਂ ਸੀਗੀਆਂ ਟੈਕਸੀ ਜ਼ਿਆਦਾ ਯੂਜ਼ ਲੱਗਦਾ ਵੀ ਟੈਕਸੀਆਂ ਯੂਜ਼ ਕੀਤੀ ਗਈਆਂ ਨੇ ਉਹ ਸਾਰੀਆਂ ਕੈਂਡੀਡੇਟ ਦੇ ਖਰਚੇ 'ਚ ਪਾਉਣੀਆਂ ਚਾਹੀਦੀਆਂ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਅਕਾਊਂਟੇਬਿਲਟੀ ਕਰਨੀ ਚਾਹੀਦੀ ਹੈ ਔਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਪੂਰੀ ਪਾਰਦਰਸ਼ਤਾ ਨਾਲ ਕੰਮ ਕਰਨਾ ਚਾਹੀਦਾ ਔਰ ਕਾਰਵਾਈ ਕਰਨੀ ਚਾਹੀਦੀ ਹੈ ਜਿੱਦਾਂ ਕਿ ਕੁਝ ਬੂਥਾਂ ਦੇ ਉੱਪਰ ਮੈਂ ਇਹ ਵੀ ਦੇਖਿਆ ਕਿ ਲੋਕੀ ਉੱਥੇ ਮੈਂ DSP ਇੱਕ ਦੋ ਜਿਹੜੇ ਉਹਨਾਂ ਦੀ ਕੰਪਲੇਂਟ ਕੀਤੀ ਹੈ ਜਿਹੜੇ ਕਿ ਸ਼ਰੇਆਮ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਦੇਖੇ ਗਏ ਆ ਔਰ ਜਿਹੜੇ ਬਹੁਤ ਵੱਡੇ ਪੱਧਰ ਦੇ ਪੰਜਾਬ ਸਰਕਾਰ ਦੇ ਚੇਅਰਮੈਨ ਜਿਹੜੇ ਆ ਤੇ ਅਹੁਦੇਦਾਰ ਹੈ ਉਹ ਵੀ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਇੱਥੇ ਫਲੋਰ ਦੇ ਵਿੱਚ ਹੀ ਫੜੇ ਗਏ ਆ ਸੋ ਮੈਂ ਬੇਨਤੀ ਕਰਾਂਗਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਤੇ ਇਲੈਕਸ਼ਨ ਕਮਿਸ਼ਨ ਨੂੰ ਕਿ ਉਹ ਸਖਤੀ ਦੇ ਨਾਲ ਕਾਰਵਾਈ ਕਰਨ ਜਿਹੜਾ ਵੀ ਵਿਅਕਤੀ ਚਾਹੇ ਸਾਡੀ ਪਾਰਟੀ ਦਾ ਹੋਵੇ ਜਾਂ ਕਿਸੇ ਪਾਰਟੀ ਦਾ ਹੋਵੇ ਜਿਹੜਾ ਕੋਈ ਬਾਹਰੋਂ ਆਇਆ ਹੋਇਆ ਲੀਡਰ ਹੈ ਜੋ ਕਾਨੂੰਨ ਦੇ ਮੁਤਾਬਕ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਇੱਥੇ ਨਹੀਂ ਰਹਿਣਾ ਚਾਹੀਦਾ ਉਹਨਾਂ ਨੂੰ ਤੁਰੰਤ ਇੱਥੋਂ ਬਾਹਰ ਕੱਢਣਾ ਚਾਹੀਦਾ ਔਰ ਲੋਕਾਂ ਨੂੰ ਇੱਕ ਸਾਫ ਸੁਥਰੀ ਫੇਅਰ ਜਿਹੜੀ ਇਲੈਕਸ਼ਨ ਹੋਣ ਦਾ ਮੌਕਾ ਦੇਣਾ ਚਾਹੀਦਾ ਕੀ ਕਾਰਨ ਮੰਨਦੇ ਹੋ ਕਿਉਂ ਜਿਹੜੇ MLA ਦੀ ਡਿਊਟੀਆਂ ਲਈਆਂ ਗਈਆਂ ਉਹਨਾਂ ਦੀ ਸਪੈਸ਼ਲ ਪ੍ਰੈਸ਼ਰ ਪਾ ਕੇ ਲਵਾਇਆ ਉਹਨਾਂ ਨੂੰ ਹਲਕਿਆਂ ਦੇ ਵਿੱਚ ਇਹ ਤਾਂ ਸਰਕਾਰ ਦਾ ਆਪਣਾ ਕੰਮ ਹੈ ਜੀ ਸਰਕਾਰ ਨੇ ਵੇਖਣਾ ਉਹ ਪਾਰਟੀ ਹੈ ਰਾਜਨੀਤਿਕ ਪਾਰਟੀ ਹੈ ਲੇਕਿਨ ਉਹਨਾਂ ਨੇ ਕੰਮ ਪਰਸੋਂ ਸਾਰੀਆਂ ਪਾਰਟੀਆਂ ਨੇ ਕੀਤਾ ਪਰਸੋਂ ਤੱਕ ਸਾਰੇ ਇੱਥੇ ਬੈਠੇ ਹੋਏ ਸੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਲੇਕਿਨ ਜੋ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਅੱਜ ਚੋਣ ਦੇ ਪ੍ਰਕਿਰਿਆ ਦੇ ਵਿੱਚ ਕੋਈ ਬਾਹਰਲਾ ਵਿਅਕਤੀ ਇੱਥੇ ਨਹੀਂ ਹੋਣਾ ਚਾਹੀਦਾ ਬਾਹਰਲੀ ਲੀਡਰਸ਼ਿਪ ਨਹੀਂ ਹੋਣੀ ਚਾਹੀਦੀ ਇੱਥੇ ਬਾਹਰਲੇ ਜ਼ਿਲ੍ਹਿਆਂ ਤੋਂ ਗੱਡੀਆਂ ਵੀ ਤੁਰੀਆਂ ਫਿਰਦੀਆਂ ਬਾਹਰਲੇ ਜ਼ਿਲ੍ਹਿਆਂ ਤੋਂ ਲੀਡਰਸ਼ਿਪ ਵੀ ਤੁਰੀ ਫਿਰਦੀ ਹੈ ਤੇ ਲੋਕਾਂ ਨੂੰ ਸ਼ਰਮ ਉੱਪਰ ਡਾਂਦੇ ਧਮਕਾਉਂਦੇ ਵੀ ਫਿਰਦੇ ਪਏ ਆ ਇਹ ਸਰਕਾਰ ਦਾ ਤੱਕਾ ਜਿੰਨਾ ਮਰਜ਼ੀ ਕਰ ਲੈਣ ਲੋਕ ਡਰਨ ਵਾਲੇ ਨਹੀਂ ਲੋਕ ਘਬਰਾਉਣ ਵਾਲੇ ਨਹੀਂ ਲੋਕ ਆਪਣੀ ਇੱਛਾ ਸ਼ਕਤੀ ਦੇ ਨਾਲ ਮੂੰਹ ਤੋੜਵਾ ਜਵਾਬ ਦੇਣਗੇ ਮੌਜੂਦਾ ਸਰਕਾਰ ਨੂੰ ਵੀ ਲਾਡੀ ਸ਼ੇਰੋ ਵਾਲੀ ਇੱਕ ਸਵਾਲ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਕਈ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਵਲੰਟੀਅਰ ਅੰਦਰ ਜਾ ਰਹੇ ਨੇ ਪੋਲਿੰਗ ਬੂਥਾਂ 'ਚ ਗੜਬੜੀ ਕਰ ਰਹੇ ਨੇ ਉੱਥੇ ਉਹ ਆਰੋਪ ਲਾ ਰਹੇ ਨੇ ਕਿ ਉਹ ਉਸ 'ਤੇ ਕੀ ਕਹਿਣਾ ਚਾਹੋਗੇ ਸ਼ਾਹਕੋਟ ਤੋਂ ਸ਼ਾਹਕੋਟ ਅਸੈਂਬਲੀ ਹਲਕੇ ਦੇ ਜਿਹੜੇ ਆਮ ਪਾਰਟੀ ਨੇ ਇੰਚਾਰਜ ਜਿਨ੍ਹਾਂ ਨੂੰ ਬਣਾਇਆ ਹੋਇਆ ਥਾਪਿਆ ਹੋਇਆ ਉਹ ਤਾਂ ਖੁਦ ਆਪ PO ਕਰਾਰ ਦਿੱਤੇ ਹੋਏ ਹੈ ਅਸੀਂ ਲਗਾਤਾਰ ਹੀ ਪਿਛਲੇ 3 ਦਿਨਾਂ ਨੂੰ ਪੁਲਿਸ ਡਿਪਾਰਟਮੈਂਟ ਨੂੰ ਬੇਨਤੀ ਕਰ ਰਹੇ ਹਾਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਅਬਜ਼ਰਵਰ ਸਾਹਿਬ ਨੂੰ ਮੈਂ ਖੁਦ ਮਿਲ ਕੇ ਆਇਆ ਕਿ ਜਿਹੜਾ ਵਿਅਕਤੀ PO ਕਰਾਰ ਦਿੱਤਾ ਹੋਇਆ ਉਹਦੇ ਖਿਲਾਫ ਕੋਰਟ ਦੇ ਵੀ ਆਰਡਰ ਨਿਕਲੇ ਹੋਏ ਹੈ ਉਹਨੂੰ ਤੁਸੀਂ ਸੜਕਾਂ ਤੇ ਸ਼ਰੇਆਮ ਘੁੰਮਦਿਆਂ ਵੇਖਿਆ ਗਿਆ ਪ੍ਰੈਸ ਨੇ ਵੀ ਨੋਟਿਸ ਕੀਤਾ ਪ੍ਰੈਸ ਨੇ ਕਰਾਰ ਦਿੱਤਾ ਹੋਇਆ ਉਹਦੇ ਖਿਲਾਫ ਕੋਰਟ ਦੇ ਵੀ ਆਰਡਰ ਨਿਕਲੇ ਹੋਏ ਹੈ ਉਹਨੂੰ ਤੁਸੀਂ ਸੜਕਾਂ ਤੇ ਸ਼ਰੇਆਮ ਘੁੰਮਦਿਆਂ ਵੇਖਿਆ ਗਿਆ ਪ੍ਰੈਸ ਨੇ ਵੀ ਨੋਟਿਸ ਕੀਤਾ ਪ੍ਰੈਸ ਨੇ ਕਵਰ ਵੀ ਕੀਤਾ ਇਸ ਵਿਸ਼ੇ ਨੂੰ ਲੇਕਿਨ ਉਸ PO ਕਰਾਰ ਦਿੱਤੇ ਹੋਏ ਵਿਅਕਤੀ ਨੂੰ ਸ਼ਰੇਆਮ ਘੁੰਮਦੇ ਪਏ ਨੂੰ ਕਿਸੇ ਨੇ ਰੋਕਿਆ ਨਹੀਂ ਇਸ ਕਰਕੇ ਜਿਹੜੇ ਸਾਡੇ ਮਾਨਯੋਗ MLA ਸਾਹਿਬ ਨੇ ਗੱਲ ਕੀਤੀ ਹੈ ਭਾਵੇਂ ਕਿਸੇ ਰਾਜਨੀਤਿਕ ਪਾਰਟੀ ਨਾਲ ਹੋਣ ਇਹ ਸਾਡੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਬਿਲਕੁਲ ਫੇਅਰ ਤੇ ਸਾਫ ਸੁਥਰਾ ਜਿਹੜਾ ਪ੍ਰਸ਼ਾਸਨ ਦਈਏ ਤਾਂ ਕਿ ਲੋਕ ਜਿਹੜੀ ਹੈ ਵੋਟਿੰਗ ਪੈਟਰਨ ਅੱਛੇ ਤਰੀਕੇ ਨਾਲ ਕਰ ਸਕਣ ਬਲਕੌਰ ਸਿੰਘ ਇੱਥੇ ਪਹੁੰਚਦੇ ਨੇ ਉਹ ਵੀ ਅਪੀਲ ਕਰਦੇ ਨੇ ਕਿ ਸਰਕਾਰ ਦਾ ਜਿਹੜਾ ਕੈਂਡੀਡੇਟ ਉਹਦੇ ਖਿਲਾਫ ਅਜਾਇਆ ਜਾਏ ਉਹਨੂੰ ਵੋਟ ਨਾ ਕੀਤੀ ਜਾਏ ਕੱਲ ਵੀ ਇੱਕ ਵੀਡੀਓ ਜਾਰੀ ਕਰਕੇ ਇਹ ਚੀਜ਼ ਅਪੀਲ ਕਰਦੇ ਨੇ ਉਸ ਤੇ ਕਿਵੇਂ ਦੇਖੋਗੇ ਬਾਕੀ ਪਾਰਟੀ ਨੂੰ ਤਾਂ ਫਾਇਦਾ ਮਿਲ ਸਕਦਾ ਦੇਖੋ ਮੈਂ ਇਹਨੂੰ ਰਾਜਨੀਤਿਕ ਨਹੀਂ ਕਰਨਾ ਚਾਹੁੰਦਾ ਲੇਕਿਨ ਜਿਸ ਮਾਂ ਪੁੱਤ ਦਾ ਜਵਾਨ ਪੁੱਤਰ ਚੱਲ ਜਾਏ ਉਹ ਤਾਂ ਗੁਹਾਰ ਦਊਗਾ ਹੀ ਜਿਸ ਮਹਾਨ ਮੈਂ ਕਹਿੰਦਾ ਉਹ ਵਿਅਕਤੀ ਉਹ ਸਿੰਗਰ ਸੀ ਦੇਸ਼ ਦਾ ਇੱਕ ਸਰਮਾਇਆ ਸੀ ਸਾਡੀ ਸਮੁੱਚੇ ਪੰਜਾਬੀਆਂ ਦਾ ਸਰਮਾਇਆ ਸੀ ਕਿਉਂਕਿ ਜਿਹੜੇ ਮੈਂ ਸਮਝਦਾ ਕਲਾਕਾਰ ਹੁੰਦੇ ਆ ਉਹ ਕਲਾਕਾਰ ਇੱਕ ਕੌਮ ਦਾ ਸਰਮਾਇਆ ਹੁੰਦੇ ਆ ਸੂਬੇ ਦਾ ਸਾਡਾ ਸਰਮਾਇਆ ਸੀ ਦੇਸ਼ ਦਾ ਸਰਮਾਇਆ ਸੀ ਉਹ ਅਚਾਨਕ ਹੀ ਚਲਾ ਗਿਆ ਮੌਜੂਦਾ ਸਰਕਾਰ ਦੀ ਗਲਤੀਆਂ ਕਰਕੇ ਚਲੇ ਗਿਆ ਕਿਵੇਂ ਵੀ ਚਲੇ ਗਿਆ ਹੁਣ ਜੇ ਤੁਸੀਂ ਕਹੋ ਵੀ ਜਿਹੜੇ ਮਾਂ ਪਿਓ ਵਿਚਾਰੇ ਉਹਦੀ ਗੁਹਾਰ ਵੀ ਨਾ ਆਪਣਾ ਕਾਨੂੰਨ ਦੇ ਮੁਤਾਬਕ ਵਿਚਾਰੇ ਕਰ ਮੰਗ ਕੀ ਉਹਨਾਂ ਦੀ ਮੰਗ ਇਹੀ ਹੈ ਵੀ ਜੋ ਬਣਦੀ ਕਾਰਵਾਈ ਅੱਛੇ ਇਨਸਾਫ ਦਿੱਤਾ ਜਾਏ ਲੇਕਿਨ ਉਹਨਾਂ ਮਾਪਿਆਂ ਨੂੰ ਜਦੋਂ ਇਨਸਾਫ ਨਹੀਂ ਮਿਲੂਗਾ ਤਾਂ ਹਰ ਕੋਈ ਰੋਂਦਾ ਕੁਰਲਾਉਂਦਾ ਤਾਂ ਫਿਰੂਗਾ ਅਤੇ ਮੈਂ ਉਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਉਹ ਬਹੁਤ ਹੀ ਸਾਡਾ ਇੱਕ ਸੰਵੇਦਨਸ਼ੀਲ ਮਸਲਾ ਹੈ ਉਸ ਮਾਪਿਆਂ ਦੇ ਦੁੱਖ ਦੇ ਵਿੱਚ ਅਸੀਂ ਸਾਰਾ ਪੰਜਾਬ ਤੁਸੀਂ ਵੀ ਤੇ ਮੈਂ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਆ ਸਾਨੂੰ ਇਸ ਦਾ ਰਾਜਨੀਤੀਕਰਨ ਨਹੀਂ ਕਰਨਾ ਵੋਟਾਂ ਦੀ ਗਿਣਤੀ ਬਹੁਤ ਘੱਟ ਪੈ ਰਹੀ ਹੈ ਸੋ ਕਿਵੇਂ ਦੇਖਦੇ ਹੋ ਕਿ ਨੌਜਵਾਨ ਨਹੀਂ ਨਿਕਲੇ ਘਰੋਂ ਬਾਹਰ ਸੋ ਕੀ ਅਪੀਲ ਕਰੋਗੇ ਉਹਨਾਂ ਨੂੰ ਮੈਂ ਅਪੀਲ ਕਰਾਂਗਾ ਸਾਰੇ ਸਤਿਕਾਰਯੋਗ ਵੋਟਰਾਂ ਨੂੰ ਕਿ ਉਹਨਾਂ ਨੂੰ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਸਾਡੇ ਦੇਸ਼ ਦੇ ਲੋਕਤੰਤਰ ਦੇ ਹਿਸਾਬ ਨਾਲ ਸਾਨੂੰ ਵੋਟਰ ਪੈਟਰਨ ਜਿਹੜਾ ਵਧਾਉਣਾ ਚਾਹੀਦਾ ਹੈ ਸਾਨੂੰ ਵੱਧ ਤੋਂ ਵੱਧ ਵੋਟਿੰਗ ਅੱਜ ਪਵਾਉਣੀ ਚਾਹੀਦੀ ਹੈ ਔਰ ਇਹ ਵੋਟ ਜਿਹੜੀ ਆ ਖਾਸ ਕਰਕੇ ਇਹ ਸਾਡੇ ਭਵਿੱਖ ਦਾ ਫੈਸਲਾ ਹੋਣਾ ਔਰ ਸਾਡੇ
किसी किस्म का भी कोई रोस है, किसी का प्यार है, किसी सत्कार है, चाहे किसी भी राजनीतिक पार्टी वोट पानी हो, सारियां नूं वोट पाउण जाना चाहिए, मैं अपील करांगा। टवाल साहब सियासी जमातों वालों कमजोर पार्टी वजों देखा गया बीजेपी, खास तौर पर तुम मुकाबला करना समझते हो? मैं उन्हां रवायती सारिया पार्टियां नूं मुकाबले दे विच समझदा जिहड़ियां रवायती पार्टियां लोकां नूं धोखे च रह के अज तक काम करदे रही है। जिवें कांग्रेस पार्टी ने 9 साल इत्थों मैंबर पार्लीमेंट दित्ता, लेकिन मैंबर पार्लीमेंट ने कीता कख नहीं। अज लोगों के रोस है तो रोस निकल के बाहर आएगा, थोड़े सामने आएगा। दूसरे पास जी मौजूदा जी आम पार्टी कहें शर्म आँदी, सब तो खास पार्टी है देश की।